समय वाहिगुरु जी का खालसा पंजाबी चंगे ते जे हक दी गल करदे ने ते भरावो फिर तुसी बचोलिए जां तुसी आत्मवादी बन गए। मैं सरकारां नूं बेनती करदा एक वजीर आ उहनां दा दानवे दानवे करके खरियाले दा वजीर आ दलाल एग्रीकल्चर दा भाजपा दा और एक इत्थे आ साडा लीडर एक कहिंदा किसानी दी गल करके जिहड़ा आऊगा जे भाजपा दे दफ्तर ते आऊगा ते मोढ़िआं ते भेजांगे दस भेज के विखा हुण तां मोढ़िआं ते तुहाडी सरकार दी चाल दी वाली बणाई गई है इहनां ने मिहनत करदे फिरदे आउणा इहनां दी ना करो इहदीआं गल्लां जिहदे नाल देश दा नुकसान होऊगा। और मैं हैरान हो गया केंद्र दा वजीर कहिंदा जिहड़े अंदोलन कर रहे आ इहनां पिछे पाकिस्तान दे चीन दा हत्थ है। अज जदों मरना होवे पाकिस्तानी जां चीनी वंडदा होवे उदों साडा हत्थ वंडदे फिरदे हो ते जे असीं हक दी गल करदीए ते साडे बच्ची ਉਹਨਾਂ ਦਾ ਹੱਥ ਮਾਰਦੇ ਫਿਰਦੇ ਆ ਉਹਨਾਂ ਦਾ ਹੱਥ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਾਡਲੀ ਫੌਜ ਇਹ ਹੱਕ ਸੱਚ ਦੀ ਗੱਲ ਕਰਦੀ ਆ ਔਰ ਹੱਕ ਸੱਚ ਕਰਨ ਦੀ ਗੱਲ ਕਰ ਤੂੰ ਇਸ ਤਰੀਕੇ ਨਾਲ ਜਿਹੜੇ ਬਦਨਾਮ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਇੱਥੇ ਬੜੇ ਵਧੀਆ ਪੱਤਰਕਾਰ ਨੇ ਗੱਲ ਲਿਖਤੀ ਉਹ ਕਹਿੰਦਾ ਜੇ ਇਹਨਾਂ ਪਿੱਛੇ ਚੀਨ ਦਾ ਪਾਕਿਸਤਾਨ ਦਾ ਹੱਥ ਹੈ ਤੇ ਕਹਿੰਦੇ ਜਦੋਂ ਬਿੱਲ ਲੈ ਕੇ ਆਏ ਸੀ ਉਹਨਾਂ ਪਿੱਛੇ ਕਿਹਦਾ ਹੱਥ ਸੀ ਜਿਹੜਾ ਕਿਸਾਨ ਮਾਰੂ ਬਿੱਲ ਲੈ ਕੇ ਆਏ ਤੇ ਕਹਿੰਦਾ ਫਿਰ ਉਹਦੇ ਪਿੱਛੇ ਵੀ ਚੀਨ ਤੇ ਪਾਕਿਸਤਾਨ ਦਾ ਹੱਥ ਸੀ। ਹੈਰਾਨਗੀ ਹੁੰਦੀ ਹੈ ਇੱਕ ਡੈਮੋਨਸਟ੍ਰੇਸ਼ਨ ਲੋਕਤੰਤਰ ਚ ਆਪਣੀ ਵਿਚਾਰ ਰੱਖਣਾ ਹੱਕ ਸੱਚ ਦੀ ਗੱਲ ਕਰਨੀ ਇਹ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤਾ। ਮੋਦੀ ਸਾਹਿਬ ਮੱਥਾ ਤਾਂ ਟੇਕਿਆ ਮਗਰ ਧਿਆਨ ਪਤਾ ਨਹੀਂ ਕਿਹੜੇ ਪਾਸੇ ਸੀ ਜਦੋਂ ਸੰਵਿਧਾਨ ਨੂੰ ਮੱਥਾ ਟੇਕਦੇ ਸੀ ਉਹ ਸੰਵਿਧਾਨ ਦੀ ਇੱਕ ਧਾਰਾ ਦਾ ਵੀ ਤੁਸੀਂ ਸਤਿਕਾਰ ਨਹੀਂ ਕੀਤਾ। ਅੱਜ ਦੇਸ਼ ਵੀ ਮੈਂ ਸਮਝਦਾ ਮੈਂ ਆਪਣੀ ਜ਼ਿੰਮੇਵਾਰੀ ਚ ਕਤਾਈ ਕਰ ਰਿਹਾ ਹੋਊਗਾ ਜੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਮੋਦੀ ਸਾਹਿਬ ਦੀ ਸਿਫਤ ਕਰੇ ਤੇ ਫਿਰ ਸਾਡੇ ਭਾਜਪਾ ਦੇ ਵੀਰਾਂ ਨੂੰ 100 ਵਾਰੀ ਵਿਖਾਉਂਦੇ ਆ। ਇੱਕ ਵਾਰੀ ਯਾਦ ਨਾ ਟਰੰਪ ਦਾ ਹੱਥ ਫੜ ਕੇ ਗੇੜਾ ਦਿੱਤਾ ਸੁੱਖ ਜੀ ਨੇ ਟਰੰਪ ਨੂੰ ਵੀ ਲੈ ਬੈਠੇ। ਨਾ ਕਰੋ ਇਹ ਜਿਹਾ ਕੰਮ ਤੁਸੀਂ ਤਾਂ ਜਿਹਦਾ ਹੱਥ ਫੜਦੇ ਉਹਦਾ ਭੋਗ ਪਵਾ ਦਿੰਦੇ ਹੋ। ਮਗਰ ਮੈਂ ਬੇਨਤੀ ਕਰਾਂ ਅੱਜ ਮੈਂ ਧੰਨਵਾਦੀ ਹਾਂ ਯੂਨੀਅਨ ਦੇ ਜਨਰਲ ਸਕੱਤਰ ਸਾਹਿਬ ਦਾ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਔਰ ਇਸ ਸ਼ਾਂਤਮਈ ਸੰਘਰਸ਼ ਨੂੰ ਵਧਾਈ ਦਿੱਤੀ ਕਿ ਦੇਸ਼ ਦਾ ਅੰਨਦਾਤਾ ਆਪਣੀ ਗੱਲ ਕਰ ਰਿਹਾ। ਮੈਂ ਟਰੂਡੋ ਸਾਹਿਬ ਦਾ ਧੰਨਵਾਦ ਕਰਦਾ ਮੈਂ ਅਮਰੀਕਾ ਦੀ ਸਰਕਾਰ ਦਾ ਧੰਨਵਾਦ ਕਰਦਾ ਮੈਂ ਜਿੰਨੇ ਵੀ ਸਾਡੇ ਮੈਂਬਰ ਪਾਰਲੀਮੈਂਟ ਨੇ 26 ਜਾਂ 37 ਜਿਨ੍ਹਾਂ ਨੇ ਇੰਗਲੈਂਡ ਚ ਕਿਸਾਨੀ ਦੀ ਹੱਕ ਦੀ ਗੱਲ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿੱਥੇ ਬਹਿ ਕੇ ਪਾਰਲੀਮੈਂਟ ਚ ਇਸ ਸ਼ਾਂਤਮਈ ਅੰਦੋਲਨ ਸੰਘਰਸ਼ ਦਾ ਦੇਸ਼ ਦੇ ਅੰਦਾਤਾ ਦੀ ਗੱਲ ਕਰਨ ਵਾਲੇ ਕਿਸਾਨਾਂ ਦਾ ਜਿਨ੍ਹਾਂ ਨੇ ਵੀ ਹਾਰ ਦਾ ਮਾਰਿਆ ਅਸੀਂ ਉਹਨਾਂ ਸਭ ਦਾ ਸਤਿਕਾਰ ਕਰਦੇ ਹਾਂ। ਤੂੰ ਭਾਊ ਮੇਰੇ ਨਾਲ ਮੈਂ ਸਮਝਦਾ ਸੀ ਕਿ ਅੱਜ ਦੇ ਦਿਨ 100 ਸਾਲਾਂ ਦੇ ਦਿਨ ਜੇ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾਂ ਤੇ ਇੰਨਾ ਹਾਂ ਦਾ ਨਾਰਾ ਮੁਲਕ ਦੀਆਂ ਸਰਕਾਰਾਂ ਅੱਜ ਇਸ ਸ਼ਹੀਦਾਂ ਦੀ ਕੌਮ ਲਈ ਮਾਰਦੀ ਹੈ ਤੇ ਸਾਡਾ ਵੀ ਫਰਕ ਪੜਦਾ ਉਹਨਾਂ ਦਾ ਧੰਨਵਾਦ ਕਰਨ ਦਾ। ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਜਿਹੜਾ ਪਦਮ ਭੂਸ਼ਣ ਮੋੜਿਆ ਮੇਰੇ ਵੀਰੋ ਅੱਜ ਤੱਕ ਕੋਈ ਸਾਬਕਾ ਮੁੱਖ ਮੰਤਰੀ ਨਹੀਂ ਹੋਇਆ ਉਸ ਲੈਵਲ ਦਾ ਨਹੀਂ ਹੋਇਆ ਜਿਹੜੇ 94 ਸਾਲ ਦੀ ਉਮਰ ਚ ਉਹਨਾਂ ਨੇ ਕਿਹਾ ਮੈਂ ਇਹਦਾ ਸਤਿਕਾਰ ਬੜਾ ਕਰਦਾ ਕਿ ਤੁਸੀਂ ਮੈਨੂੰ ਇਹ ਅਵਾਰਡ ਦਿੱਤਾ ਮਗਰ ਅਵਾਰਡ ਦਿੱਤਾ ਆ ਕਿਸਾਨਾਂ ਦੇ ਖਾਤਰ ਮੈਨੂੰ ਇਹ ਅਵਾਰਡ ਮਿਲਿਆ ਸੀ ਤੇ ਅੱਜ ਕਿਸਾਨਾਂ ਨੂੰ ਅੱਜ ਅਥਰੂ ਗੈਸਾਂ ਨਾਲ ਜਿਹੜੇ ਪਾਣੀਆਂ ਦੀਆਂ ਬੁਸ਼ਾਰਾਂ ਨਾਲ ਇਸ ਖੱਡ ਦੀ ਇਸ ਕਣਕ ਦੀ ਖੰਡ ਚ ਜੇ ਜਲੀਲ ਬੇਇੱਜ਼ਤ ਹੁਕਮਰਾਨ ਸਰਕਾਰਾਂ ਕਰੂਗੀ ਤੇ ਮੈਂ 94 ਸਾਲ ਦੀ ਉਮਰ ਚ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਮਗਰ ਮੈਂ ਆਪਦਾ ਪ੍ਰੋਟੈਸਟ ਲਾਂਚ ਕਰਦਾ। ਉਹਨਾਂ ਨੇ ਆਪਦਾ ਵੋਟ ਮੋੜਿਆ ਔਰ ਮੇਰੇ ਵੀਰੋ ਉਹਦੇ ਬਾਅਦ ਝੜੀ ਲੱਗੀ ਮੈਂ ਉਹਨਾਂ ਸਾਰੇ ਖਿਡਾਰੀਆਂ ਦਾ ਉਹਨਾਂ
ਗੀਤਕਾਰਾਂ ਦਾ, ਉਹਨਾਂ ਸਾਰੇ ਮਹਾਨ ਪੁਰਸ਼ਾਂ ਦਾ ਜਿਨ੍ਹਾਂ ਨੇ ਆਪ ਦੇ ਇਹ ਅਵਾਰਡ ਵਾਪਸ ਕੀਤੇ ਆ। ਕਿਸਾਨੀ ਅੰਦੋਲਨ ਦੇ ਨਾਲ ਆਪਣੀ ਨਾਲ ਜਾ ਕੇ ਖੜੇ ਹੋਏ ਆ, ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ। ਅਖੀਰ ਚ ਇੱਕੋ ਗੱਲ ਕਹਿ ਕੇ ਬੈਠਣ ਲੱਗਿਆ, ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਲੰਗਰ ਦੀ ਸੇਵਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੇ ਸਤਿਕਾਰਯੋਗ ਵਰਕਰਾਂ ਨੇ ਜੋ ਜਾ ਕੇ ਉੱਥੇ ਸੇਵਾ ਨਿਭਾਈ ਹੈ, ਗੁਰੂ ਬਖਸ਼ਿਸ਼ ਕਰਨ, ਗੁਰੂ ਕਿਰਪਾ ਕਰਨ, ਜੋ ਅੱਜ ਅਰਦਾਸ ਹੋਈ ਹੈ ਕਿ ਕਿਸਾਨੀ ਸੰਘਰਸ਼ ਦੀ ਅਰਦਾਸ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਬੇਨਤੀ ਕੀਤੀ, ਅਰਦਾਸ ਵੇਲੇ ਅਰਦਾਸੀਆ ਸਿੰਘ ਨੇ ਇਹ ਅਰਦਾਸ ਕੀਤੀ ਕਿ ਜਿੱਥੇ ਉਹਨਾਂ ਨੂੰ ਜਿੱਤ ਮਿਲਣੀ ਚਾਹੀਦੀ ਉੱਥੇ ਪੰਜਾਬ ਚ ਭਾਈਚਾਰਕ ਸਾਂਝ, ਅਮਨ ਸ਼ਾਂਤੀ ਕਾਨੂੰਨ, ਜਿਹੜੇ ਲੋਕ ਪੰਜਾਬ ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਕਦੇ ਕਾਮਯਾਬ ਨਾ ਹੋ ਸਕਣ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਵੀ ਕਰਦਾ, ਚੰਦੂਮਾਜਰਾ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਆ ਕੇ ਆਪ ਦੀ ਗੱਲ ਵੀ ਰੱਖੋ, ਤੇ ਜਿਹੜੇ ਸਾਰੀਆਂ ਰੀਜਨਲ ਪਾਰਟੀਆਂ ਕਿ ਜਿਹੜੀ ਪਾਰਟੀ ਖੇਤਰੀ ਪਾਰਟੀਆਂ ਦੇ ਅਧਿਕਾਰ ਵਧਣ, ਉਹਦੀ ਆਵਾਜ਼ ਚੋਂ ਜਾ ਕੇ ਤੁਸੀਂ ਬਾਦਲ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਜਾ ਕੇ ਉਹ ਮੁਹਿੰਮ ਸ਼ੁਰੂ ਕੀਤੀ ਹੈ, ਉਹਦੇ ਬਾਰੇ ਵੀ ਲੋਕਾਂ ਨੂੰ ਜਾਣੂ ਕਰਾਓ। ਬਹੁਤ ਬਹੁਤ ਧੰਨਵਾਦ। ਬਹੁਤ ਆ ਪਰ ਇਸ ਤੋਂ ਇਹ ਦੂਣੀ ਚਾਹੀਦੀ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਾਲੇ ਕਾਨੂੰਨ ਹੋਸਲੋ, ਕਾਲੇ ਕਾਨੂੰਨ ਹੋਸਲੋ, ਇੱਕੋ ਨਾਰਾ ਕਿਸਾਨ ਪਿਆਰਾ, ਇੱਕੋ ਨਾਰਾ ਕਿਸਾਨ ਪਿਆਰਾ। ਅੱਜ ਆਪਣਾ ਸਥਾਨ ਮੈਂ ਹੁਣ ਬੇਨਤੀ ਕਰਾਂਗਾ, ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਦੇ ਮਾਲਕ ਉਹ ਸ਼੍ਰੋਮਣੀ ਅਕਾਲੀ ਦਲ ਜੈਤੋਂ ਦੇ ਮੋਰਚੇ ਜਿੱਤੇ, ਚਾਬੀਆਂ ਦਾ ਮੋਰਚਾ ਜਿੱਤਿਆ, ਨਨਕਾਣਾ ਸਾਹਿਬ ਦਾ ਮੋਰਚਾ ਜਿੱਤਿਆ, ਪਹਿਲਾਂ ਧੰਮਯੁੱਗ ਮੋਰਚਾ, ਬੜੀ ਲੰਬੀ ਗਾਥਾ ਹੈ ਤੇ ਸਰਦਾਰ ਦੀ ਵਿਰਾਸਤ ਲੈ ਕੇ ਚੱਲ ਰਹੇ ਨੇ, ਜਿਹਨਾਂ ਚ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਹਮੇਸ਼ਾ ਕਿਹਾ ਨੇ, ਤੇ ਜੇ ਅੱਜ ਫਿਰ ਪੰਜਾਬ ਦੀ ਕਿਸਾਨੀ ਦੇ ਵਿਰੋਧੀਆਂ ਨੇ ਹਮਲਾ ਬੋਲਿਆ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਚਟਾਨ ਸਾਹਮਣੇ ਖੜੋਤੇ ਨੇ, ਆਓ ਉਹਨਾਂ ਦੇ ਵਿਚਾਰ ਸੁਣਨ ਕਹੀਏ। ਮੈਂ ਬੇਨਤੀ ਕਰਾਂਗਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਬੋਧਨ ਹੋਣ। ਦੇਖਿਆ ਮੈਨੂੰ ਨਾ ਦੱਸੋ, ਅੱਜ ਸਭ ਸਮਝ ਆ ਰਿਹਾ ਮੈਨੂੰ ਕਿ ਹਾਲਾਤ ਕਿਸ ਪਾਸੇ ਲੈਣਾ ਚਾਹ ਰਹੇ ਨੇ।
ਦੁਨੀਆਂ ਚ ਵੀ ਸਹੀ ਗੱਲ ਬਣ ਲੈਂਦੇ ਅੱਜ ਦਾ ਨਾਮ ਤਾਂ ਦੇਸ਼ ਦੇ ਲੋਕੀ ਇਹ ਕਹਿੰਦੇ ਆ ਮੇਰੇ ਸ਼ਿਵੀਰ ਦੇ ਨੇ ਤੇ ਇਹ ਤਾਂ 6 ਮਹੀਨਿਆਂ ਚ ਹੋਇਆ ਜੇ ਤੁਹਾਨੂੰ ਕੋਈ ਵੀ ਭੁਲੇਖਾ ਹੋਏਗਾ ਕਿ ਇਹ ਡਰ ਜਾ ਕੇ ਤੁਸੀਂ ਬਦਨਾਮ ਕਰਨਾ ਕੇ ਭਜਾਵੋਗੇ ਮੈਂ ਸਿਰਫ ਇੰਨੀ ਬੇਨਤੀ ਕਰਦੀ ਹਾਂ ਕਿ ਮੁਗਲਾਂ ਦਾ ਟਾਕਰਾ ਦੇ ਦਿੱਤਾ ਸੀਗਾ ਇੱਕ ਇੰਦਰਾ ਗਾਂਧੀ ਵੀ ਆਈ ਸੀਗੀ ਹੋਰ ਕੁਛ ਨਹੀਂ ਇਤਿਹਾਸ ਤੋਂ ਸਿੱਖ ਲਓ ਜਿਹੜੀ ਇਸ ਕੌਮ ਦੇ ਨਾਲ ਟਾਕਰਾ ਦੇਂਦਾ ਉਹਨਾਂ ਦਾ ਕੀ ਹੋਵੇਗਾ ਬੈਠੀ ਹੈ ਗਲਤੀ ਦਾ ਪੈਦਾਦਰੀ ਹੀ ਨਹੀਂ ਆਹ ਗਲਤੀ ਦਾ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ ਪਰ ਜੋ ਵਾਅਦੇ ਆਪਣੇ ਨਾਲ ਕੀਤੇ ਗਏ ਸੀ ਉਹ ਵਾਅਦੇ ਨਹੀਂ ਪੂਰੇ ਕੀਤੇ ਗਏ ਆਪਣੇ ਕਾਂਗਰਸ ਦੇ ਉਦੋਂ ਹਕੂਮਤ ਨੇ ਆਪਣੇ ਨਾਲ ਵਿਸ਼ਵਾਸਘਾਤ ਕੀਤਾ ਤੇ ਮਾਸਟਰ ਤਾਰਾ ਸਿੰਘ ਜੀ ਦੇਸ਼ ਆਜ਼ਾਦ ਦੇਸ਼ ਵਿੱਚ ਪਹਿਲੇ ਸਿਆਸੀ ਲੀਡਰ ਜਿਹਨਾਂ ਨੂੰ ਆਜ਼ਾਦੀ ਦੇ ਬਾਅਦ ਫਿਰ ਧੱਕਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਤੋਂ ਸੰਘਰਸ਼ ਕਰਨਾ ਪਿਆ ਤੇ ਅੱਜ ਪੰਜਾਬ ਬਣਿਆ ਪੰਜਾਬੀ ਸੂਬੇ ਦਾ ਮੋਰਚਾ ਜਦੋਂ ਐਮਰਜੈਂਸੀ ਲਾਈ ਗਈ ਹਿਊਮਨ ਰਾਈਟਸ ਪੰਜਾਬ ਦੇਸ਼ ਵਿੱਚ ਖਤਮ ਕੀਤੇ ਗਏ ਜੇ ਲੜਾਈ ਲੜੀ ਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਆਪਣੇ ਪੰਜਾਬੀਆਂ ਦਿੱਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿੱਤੀਆਂ ਮੈਨੂੰ ਯਾਦ ਹੈ ਸਭ ਤੋਂ ਪਹਿਲਾਂ ਜਥਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਆਪ ਲੈ ਕੇ ਗਏ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਦੇਸ਼ ਤਾਂ ਮਜ਼ਬੂਤ ਹੋਊਗਾ ਜੇ ਦੇਸ਼ ਵਿੱਚ ਸੂਬਿਆਂ ਨੂੰ ਜ਼ਿਆਦਾ ਤਾਕਤ ਮਿਲੇ
फेडरल ढांचे की गल की उदो सारे देशवासी अकालिया कह लगे कि आप देश को तोड़ना चाहते हैं। जे उदो गल मनी होंगी अज किसान की आ जंग ना होंगी। जे फेडरल ढांचा सही फेडरल ढांचा अपना बने जिहड़ी गल अकाली दल इन्ने साल पहले कहता सी अज जे फेडरल ढांचा बन जांदा है सही ढांचा बनता है किसान भरावान जंग लड़न की लोड़ ही नहीं पैनी सी क्योंकि सही फेडरल ढांचे की उलंघना मोदी सरकार ने की। आ जड़े देश के कानून है आ एग्रीकल्चर सैक्टर है आ सूबे की हकार के थले है पर सूबे का हकार तोड़ के मोदी सरकार ने आ कानून लियांदे है। ताइयों तुसीं देखिया हिंदुस्तान के सारे वकीलों ने क्या किया कानून गलत है इलीगल है। अज माहौल की बन रहा देश के सेंटर की बीजेपी सरकार इको एक उसका निशाना है कि सारी ताकत अपने हाथ कर लो सूबे कोई ताकत छोड़ो ही ना। आ एक बहुत खतरनाक चीज सेंटर की सरकार मोदी साहब कर रहे हैं जेडे देश को सही मायने में बहुत बड़ा नुकसान करने वाले। आज की हो रहा प्रदेश में अमन शांति भाईचारे शांत मित्रता पाई जा रही है। आ सेंटर की सरकार भी कम है सेंटर की मोदी सरकार जे कोई उन्होंने गल मनता है वो देश भक्त बना देते हैं जे उन्होंने गल नहीं मनता उन्हें देश द्रोही बना देते हैं। की हरसिमरत कौर बादल जिन्हें इस्तीफा दिता कि यह देश द्रोही है कि श्रोमणी अकाली दल जिन्हें वर्करा ने जाना मार के देश को आजाद कराया जे नाता तोड़ता बीजेपी नाल कि अस देश द्रोही है। जे बादल साहब ने वड्डे बादल साहब ने अपना पद्म भूषण मोड़ दिता कि वह देश द्रोही है। तुसी अजकल टीवी देखो जेडे चैनल उन्होंने लगे है स्पोक्समैन बन के लगे है जान के जिहड़ा भी उल्ट बोलता है किते टुकड़े टुकड़े गैंग कहते हैं किते कोई होर गैंग कहते हैं। आई बेचारे किसान वीर जिहड़े आए सी बैठे सी गुरु प्यारी साध संगत जी कज के फते बुलाओ वाहिगुरु जी का खालसा। श्रोमणी अकाली दल वर्गी पार्टी कोई नहीं इको एक पार्टी है जिन्हों शहीदा की जथेबंदी कहा जाता है। 100 साल पहले अपने गुरु धामां आजाद कराने वास्ते महंता तो उस टाइम के पुजारियों तो जिन्होंने सिख पंथ की मर्यादा को भंग करते अपने बजुर्गों ने श्रोमणी गुरुद्वारा प्रबंधक कमेटी का गठन किया। जदों गठन किया उदों उन्होंने बह के एक होर भी फैसला लिता कि खालसा पंथ की एक जथेबंदी सियासी पार्टी होनी चाहिए है जिहड़ी खालसा पंथ की सारिया लड़ाइया पंजाबियों की लड़ाइया गरीब किसान मजदूर की लड़ाइया जिथे भी पंजाबी तो दुनिया च बैठे है उन्होंने लड़ाइया लड़ सके आवाज उठा सके। जो श्रोमणी गुरुद्वारा प्रबंधक कमेटी बनाई गई एक महीने बाद श्रोमणी अकाली दल का गठन किया गया। श्रोमणी अकाली दल 100 साल का इतिहास ऐसा इतिहास है ऐसा कुर्बानियां का वेरवा है ऐसी सफलता
हासिल कीतिया कि जे लंबा समा लगूगा पर जे पूरे इतिहास नू आपां दो हिस्सों च वंड दईए आजादी तो पहले दा इतिहास ते आजादी दे बाद दा इतिहास आजादी तो पहले दे इतिहास विच मैं पार्लीमेंट भी कहा सी जे अज देश आजाद होया जे अज देश अपना देश आजादी का नहीं मान रहा है जे अंग्रेजा ना जे किसी ने लड़ाई लड़ी कुर्बानियां दित्तियां शहादत दित्तियां श्रोमणी अकाली दल दे वर्कर सभा ने कीतियां से सिख पंथ दे बहादुर सूरमियां ने कीतियां ते पंजाबियां ने कीतियां मैं क्या तमिलनाडु दे लोग नूं पुछ लो कि आजादी दी लड़ाई थोड़े चो किहड़ा जेलां च गया है कर्नाटका च जाके पुछ लो किहड़ा जेलां च गया है थोनू नाम नहीं लभणे ਕਦੀ ਪਿੱਛੇ ਵੀ ਕਿਉਂ ਨਾ ਲੱਭਣਗੇ ਤੇ ਕੱਲੇ ਪੰਜਾਬੀਆਂ ਦੇ ਕਾਲਾ ਪਾਣੀ ਦੀ ਜੇਲਾਂ ਚ ਜਾ ਕੇ ਦੇਖੋ ਕਿਵੇਂ 95% ਲੋਕਾਂ ਦੇ ਨਾਂ ਤੇ ਲਿਖੇ ਗਏ ਆਪਣੇ ਭੈਣ ਭਰਾਵਾਂ ਦੇ ਨਾਂ ਲਿਖੇ ਹੈ ਫਾਂਸੀ ਲੱਗਣ ਵਾਲਿਆਂ ਚੋਂ ਆਪਣੇ ਭੈਣ ਭਰਾ ਸਨ ਤਾਂ ਹੁਣ ਜਦੋਂ ਪੰਜਾਬੀਆਂ ਦਾ ਮੋਰਚਾ ਜਿੱਤਿਆ ਮਹਾਤਮਾ ਗਾਂਧੀ ਜੀ ਨੇ ਉਦੋਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਕਿਉਂਕਿ ਅਜਿਹੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਕਿਉਂਕਿ ਆਪਣੇ ਸ਼੍ਰੋਮਣੀ ਅਕਾਲੀ ਦਲ ਨੇ ਪੂਰੇ ਦੇਸ਼ ਨੂੰ ਦਿਖਾ ਦਿੱਤਾ ਕਿ ਜੇ ਇਕੱਠੇ ਹੋ ਕੇ ਲੜਕੇ ਤੁਸੀਂ ਦੇਸ਼ ਆਪਣਾ ਅੰਗਰੇਜ਼ਾਂ ਤੋਂ ਜਿੱਤ ਕਰ ਸਕਦੇ ਹੋ ਦੇਸ਼ ਉਹਨਾਂ ਨੂੰ ਹਰਾ ਸਕਦੇ ਹੋ ਉਹ ਚਾਬੀ ਦੇ ਮੋਰਚੇ ਦੀ ਜਿੱਤ ਦੇ ਬਾਅਦ ਸੰਘਰਸ਼ ਵਧਿਆ ਤੇ ਦੇਸ਼ ਆਜ਼ਾਦ ਹੋਇਆ ਹੁਣ ਕਹਿੰਦੇ ਆ ਕਿੱਥੇ ਮੋਇਸਟ ਆ ਗਏ ਇੱਥੇ ਟੈਰਰਿਸਟ ਆ ਗਏ ਇੱਥੇ ਆ ਗਏ ਤੁਸੀਂ ਹੈਰਾਨੀ ਦੀ ਗੱਲ ਹੈ ਲੋਕੀ ਉੱਥੇ ਹਿੰਦੀ ਵਿੱਚ ਉੱਥੇ ਪੋਸਟਰ ਸਿੱਟੇ ਜਾ ਰਹੇ ਹੈ ਮੈਂ ਟੀਵੀ ਦੇਖ ਰਿਹਾ ਸੀ ਟੀਵੀ ਰਿਪੋਰਟਰ ਨੇ ਬੇਚਾਰੇ ਕਿਸਾਨ ਦੇ ਸਾਹਮਣੇ ਰੱਖਤਾ ਉਹਨੂੰ ਕਿਹਾ ਮੈਂ ਆਹ ਕੀ ਪੋਸਟਰ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਮੱਕੀ ਲਿਖਿਆ ਇਹਦੇ ਚ ਪੋਸਟਰ ਕੋਈ ਸੁਣ ਜੇ ਜੇ ਫੋਟੋ ਉੱਪਰ ਲਾ ਦੇ ਤੁਸੀਂ ਕਿਸਾਨ ਜਿੱਥੇ ਉੱਥੇ ਲੋਕ ਬੱਚਿਆ ਉਹਨਾਂ ਨੂੰ ਤੁਸੀਂ ਦਵਾਦੀ ਕਹਿਣ ਲੱਗੇ ਅੱਜ ਹੁਣ ਸਾਜੀ ਇੱਛਾ ਬਣ ਗਈ ਹੈ ਹੁਣ ਇਹਨਾਂ ਦਾ ਪ੍ਰਚਾਰ ਹੋਣਾ ਪਰ ਆਪਾਂ ਨੂੰ ਦੇਖਣ ਦੀ ਲੋੜ ਹੈ ਤੇ ਸਮਝਾਉਣ ਦੀ ਲੋੜ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਆਹ ਲੜਾਈ ਕੋਈ ਦੇਸ਼ ਦੇ ਖਿਲਾਫ ਨਹੀਂ ਹੈ ਦੇਸ਼ ਦੀ ਜਨਤਾ ਦੀ ਲੜਾਈ ਹੈ ਅਹੰਕਾਰੀ ਪ੍ਰਧਾਨ ਮੰਤਰੀ ਦੇ ਖਿਲਾਫ ਕਿਸਾਨਾਂ ਦੀ ਲੜਾਈ ਹੈ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਹੈ ਆਪਣੇ ਹੱਕਾਂ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਆਹ ਲੋਕ ਹੈ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਸ਼ ਵਾਸਤੇ ਕੰਮ ਪੈਦਾ ਕੀਤਾ ਜਿਨ੍ਹਾਂ ਦੇ ਬੱਚਿਆਂ ਨੇ ਆਪਣੇ ਬੱਚਿਆਂ ਨੂੰ ਫੌਜ ਭਰਤੀ ਕਰਕੇ ਰੱਖਿਆ ਵਾਸਤੇ ਆਪਣੇ ਬੱਚੇ ਦਿੱਤੇ ਆ ਉਹ ਲੋਕਾਂ ਬੀਜੇਪੀ ਸੈਂਟਰ ਸਰਕਾਰ ਨੂੰ ਇਹਨਾਂ ਦੇ ਮੰਤਰੀਆਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਜਦੋਂ ਟੀਵੀ ਤੇ ਬਹਿ ਕੇ ਕਹਿੰਦੇ ਹੈ ਕਿ ਆ ਦੇਸ਼ ਰੋਈ ਹੈ ਅੱਤਵਾਦੀ ਹੈ ਮੋਇਸਟ ਹੈ ਨੈਕਸਲਾਈਟ ਹੈ ਪਰ ਕੀ ਨਾਮ ਦਿੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਚੱਲਣ ਵਾਲੀ ਪਾਰਟੀ ਹੈ ਪੰਥੀ ਕਦੇ ਬੋਲੀ ਹੈ ਆਪਣੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਿਖਾਇਆ ਸਰਬੱਤ ਦਾ ਭਲਾ ਆਪਣੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਤੁਸੀਂ ਦੇਖ ਲਓ ਕਿਤੇ ਦੁਨੀਆ ਦੀ ਮਿਸਾਲ ਨਹੀਂ ਕੱਲੀ ਮਿਸਾਲ ਸਿੱਖ ਪੰਥ ਦੀ ਹੈ ਜਿੱਥੇ ਆਪਣੇ ਗੁਰੂ ਸਾਹਿਬਾਨ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਐਡੀ ਮਿਸਾਲ ਕਿਤੇ ਮੈਂ ਪਾਰਲੀਮੈਂਟ ਗਿਆ ਮੈਂ ਕਿਹਾ ਜਿਹੜੇ ਦੇਸ਼ ਭਗਤ ਹੈ ਜਿਹੜੇ ਦੂਜੇ ਧਰਮਾਂ ਨੂੰ ਬਚਾਉਂਦੇ ਆ ਕੀ ਉਹ ਦੂਜੇ ਧਰਮਾਂ ਦੇ ਖਿਲਾਫ ਕੋਈ ਬੋਲ ਸਕਦੇ ਜਾਂ ਆਪਣੀ ਜਾਨ ਮਾਰ ਸਕਦੇ ਆ ਦੂਜੇ ਧਰਮ ਬਚਾਉਣ ਵਾਸਤੇ ਸਾਡੀ ਸੋਚ ਅਸੀਂ ਗੁਰੂ ਸਾਹਿਬਾਨ ਦੀ ਦੱਸੀ ਹੋਈ ਸੋਚ ਦੇ ਚੱਲਣ ਵਾਲੇ ਆ ਜੇ ਪੰਜਾਬ ਜਿਹੜੀ ਹੁਣ ਸਾਂਝ ਤੁਸੀਂ ਦੇਖਿਆ ਹੁਣ ਹੌਲੀ ਹੌਲੀ ਬੀਜੇਪੀ ਦੀ ਪਾਰਟੀ ਹੁਣ ਥੱਲੇ ਤੱਕ ਮੈਨੂੰ ਕੋਈ ਦੱਸ ਰਿਹਾ ਸੀ ਮੇਰਾ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਲੀਡਰ ਦਿੱਲੀ ਤੋਂ ਮੇਰਾ ਫੋਨ ਆਇਆ
ਕਹਿੰਦਾ ਦਿੱਲੀ ਵਿੱਚ ਹੁਣ ਸ਼ੁਰੂ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਦੇ ਥੱਲੇ ਲੀਡਰਸ਼ਿਪ ਨੇ ਥੱਲੇ ਆਪਣੇ ਮੰਡਲ ਤੋਂ ਥੱਲੇ ਤੱਕ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਆ ਲੜਾਈ ਹਿੰਦੂ ਤੇ ਸਿੱਖ ਦੀ ਹੈ ਹੁਣ ਹਿੰਦੂ ਸਿੱਖ ਦੀ ਲੜਾਈ ਬਣਾਉਣੀ ਸ਼ੁਰੂ ਕਰ ਦਿੱਤੀ ਦਿੱਲੀ ਤੋਂ ਸ਼ੁਰੂ ਹੋ ਗਈ ਹੁਣ ਪੰਜਾਬ ਵੀ ਕਰਨਗੇ ਜਿਵੇਂ ਬਾਹਰ ਹਿੰਦੂ ਮੁਸਲਮਾਨ ਦੀ ਲੜਾਈ ਕਰਾ ਕੇ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਇਹਨਾਂ ਨੇ ਜਿੱਤ ਹਾਸਲ ਕੀਤੀ ਹੁਣ ਇਹਨਾਂ ਦੀ ਕੋਸ਼ਿਸ਼ ਪੰਜਾਬ ਦੀ ਹੈ ਆ ਪੰਜਾਬ ਬਹੁਤ ਬੁਰੇ ਦੌਰ ਤੋਂ ਗਿਆ ਉਦੋਂ ਵੀ ਜਦੋਂ ਇਹਦਾ ਦੌਰ ਸੀ ਪਰਾਤਮਾ ਦਾ ਦੌਰ ਸੀ ਉਦੋਂ ਵੀ ਪੰਜਾਬ ਵਿੱਚ ਕਿਤੇ ਹਿੰਦੂ ਸਿੱਖ ਭਰਾ ਕੁਦਰੇ ਨਹੀਂ ਪਈ ਜਿੰਨਾ ਮਰਜ਼ੀ ਜੋਰ ਲਾ ਲੈ ਭਾਰਤੀ ਜਨਤਾ ਪਾਰਟੀ ਭਾਈਚਾਰੇ ਸਾਂਝ ਬਣਾਉਣੀ ਬਚਾਉਣੀ ਆ ਖਾਲਸਾ ਪੰਥ ਦਾ ਬਚਨ ਹੈ ਤੇ ਪੰਜਾਬੀਆਂ ਦਾ ਬਚਨ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਚਨ ਭਾਈ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅੱਜ ਇਹ ਜਿਹੜਾ ਧਰਨਾ ਹੈ ਇਹ ਮੋਦੀ ਦੀ ਪੂਰੀ 'ਤੇ ਲੱਗਾ ਉਹਦੀ ਭੂਰੀ 'ਤੇ ਲੱਗਾ ਮੋਦੀ ਦੀ ਭੂਰੀ 'ਤੇ ਅੱਜ ਧਰਨਾ ਜਿਹੜਾ ਲਾਇਆ ਗਿਆ ਜਿਹੜਾ ਉੱਥੇ ਧਰਨਾ ਲਾਇਆ ਕਿਸਾਨਾਂ ਨੇ ਉਹ ਵੀ ਮੋਦੀ ਦੀ ਪੂਰੀ 'ਤੇ ਲੱਗਾ ਔਰ ਕਿਸਾਨ ਅੱਜ ਬੇਹਾਲ ਹੋ ਗਿਆ ਔਰ ਕਿਸਾਨ ਜਿਹੜਾ ਅੱਜ ਇੰਨੀ ਠੰਡ ਦੇ ਵਿੱਚ ਜਿੱਥੇ ਦਿੱਲੀ ਨੂੰ ਘੇਰ ਕੇ ਬੈਠਾ ਉੱਥੇ ਮੋਦੀ ਅਤੇ ਅਮਿਤ ਸ਼ਾਹ ਨੂੰ ਇਹ ਕਹਿਣ ਵਾਸਤੇ ਗਏ ਆ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ ਅੰਨੇ ਤਾਂ ਬੋਲੇ ਨਾ ਉਹ ਲੋਕਾਂ ਦੀ ਗੱਲ ਸੁਣੋ ਔਰ ਤੁਸੀਂ ਇੱਕ ਨਾਰਾ ਦਿੱਤਾ ਸੀ ਸਭ ਕਾ ਸਾਥ ਸਭ ਕਾ ਵਿਕਾਸ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਤੁਸੀਂ ਸਾਰਿਆਂ ਦਾ ਵਿਕਾਸ ਨਹੀਂ ਵਿਨਾਸ਼ ਕਰ ਰਹੇ ਖਾਸ ਕਰਕੇ ਕਿਸਾਨਾਂ ਦਾ ਔਰ ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਬਣਾਏ ਆ ਉਹ ਕਿਸਾਨ ਦੇ ਵਿਰੋਧੀ ਮਜ਼ਦੂਰ ਦੇ ਵਿਰੋਧੀ ਆੜ੍ਹਤੀ ਦੇ ਵਿਰੋਧੀ ਦੁਕਾਨਦਾਰ ਦੇ ਵਿਰੋਧੀ ਮੈਂ ਸਮਝਾਂ ਤਾਂ ਸਾਰੇ ਵਰਗਾਂ ਦੇ ਉਹ ਵਿਰੋਧੀ ਜਿਹੜੇ ਬਿੱਲ ਆ ਬਣਾਏ ਗਏ ਆ ਔਰ ਉਹ ਕਾਨੂੰਨ ਜਿਹੜੇ ਆ ਬਿਨਾਂ ਕਿਸੇ ਦੇਰੀ ਤੋਂ ਵਾਪਸ ਲੈਣੇ ਚਾਹੀਦੇ ਆ ਤਾਂ ਕਿ ਪੰਜਾਬ ਦੇ ਕਿਸਾਨ ਦਾ ਹਿਰਦਾ ਠੰਡਾ ਹੋਵੇ ਜਿਹਨੇ ਹਿੰਦੁਸਤਾਨ ਦੇ ਭੁੱਖੇ ਲੋਕਾਂ ਦਾ ਢਿੱਡ ਭਰਿਆ ਔਰ ਬਾਹਰ ਵੀ ਨਾਚ ਜਿਹੜਾ ਉਹ ਜਾ ਰਿਹਾ ਅਤੇ ਅੱਜ ਉਹ ਕਿਸਾਨ ਜਿਹੜਾ ਜਿੰਨੇ ਇਹਦੇ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਜਿਹਨਾਂ ਨੇ ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਲਾਇਆ ਸੀ ਅੱਜ ਉਹ ਕਿਸਾਨ ਸੜਕਾਂ 'ਤੇ ਰੋ ਰਿਹਾ ਪਰ ਕੇਂਦਰ ਵੱਲੋਂ ਕਿਹਾ ਗਿਆ ਕਿ ਪੰਜਾਬ ਦੀਆਂ ਸਰਕਾਰਾਂ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ ਵੇਖੋ ਕੈਪਟਨ ਅਮਰਿੰਦਰ ਸਿੰਘ ਤਾਂ ਜ਼ਰੂਰ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਤਾਂ ਨਾਲ ਕਿਸਾਨਾਂ ਦੇ ਖੜਾ ਵੇਖੋ ਧਰਨਾ ਲਾਇਆ ਔਰ ਤੁਹਾਡੇ ਸਾਹਮਣੇ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਇਤਿਹਾਸ ਬੜਾ ਤਗੜਾ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਦਾ ਔਰ ਅੱਜ 100 ਸਾਲਾਂ ਵੀ ਮਨਾਇਆ ਬੜੀਆਂ ਵੱਡੀਆਂ ਕੁਰਬਾਨੀਆਂ ਅਕਾਲੀ ਦਲ ਦੇ ਆਪਣੇ ਅਤੀਤ ਵਿੱਚ ਦਿੱਤੀਆਂ ਨੇ ਔਰ ਉਸੇ ਤਰ੍ਹਾਂ ਕਿਸਾਨ ਕਿੱਡੀਆਂ ਵੱਡੀਆਂ ਕੁਰਬਾਨੀਆਂ ਦੇ ਰਿਹਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹ ਵੀ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਇਹ ਪਾਰਟੀ ਹੈ ਸੋ ਅਸੀਂ ਕਿਸਾਨਾਂ ਦੇ ਮਗਰ ਲੋਹੇ ਵਾਂਗੂ ਖੜ੍ਹੇ ਹਾਂ ਜੋ ਵੀ ਸਾਨੂੰ ਹੁਕਮ ਕਰਨ ਹੈਗੇ ਕਿਸਾਨ ਵੀਰ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਹੁਕਮ ਆਇਆ ਉੱਥੋਂ ਕਿ ਸਾਨੂੰ ਇੱਕ ਵੱਡਾ ਪੰਡਾਲ ਲਾ ਕੇ ਦਿਓ ਜਿਹਦੇ 'ਤੇ ਖਾਸ ਕਰਕੇ ਵਾਟਰ ਪਰੂਫ ਜਿਹੜਾ ਹੈ ਉਹ ਪੰਡਾਲ ਬਣਾ ਕੇ ਦਿਓ ਗੱਦੇ ਭੇਜੋ ਭੇਜਾਂਗੇ ਸ਼੍ਰੋਮਣੀ ਕਮੇਟੀ ਕਿਸਾਨਾਂ ਦੀ ਨਾਲ ਬਿਲਕੁਲ 100% ਸਹਿਮਤ ਆ ਜੇ ਸਾਡੇ ਤੋਂ ਉਹ ਗੱਦਿਆਂ ਦੀ ਸੇਵਾ ਪੰਡਾਲ ਦੀ ਸੇਵਾ ਲੰਗਰ ਦੀ ਸੇਵਾ ਪਾਣੀ ਦੀ ਸੇਵਾ ਟੋਇਲਟ ਦੀ ਸੇਵਾ ਜਿਹੜੀ ਵੀ ਕੋਈ ਸੇਵਾ ਸਾਨੂੰ ਆਖਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਵੀ ਹਾਜ਼ਰ ਉਹਨਾਂ ਨੂੰ 1-1 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਦੇਣ ਦਾ ਐਲਾਨ ਕੀਤਾ ਜਿਹੜੇ ਬਾਅਦ 'ਚ ਸ਼ਹੀਦ ਹੋਏ ਉਹਨਾਂ ਨੂੰ ਵੀ ਦਿਆਂਗੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਆਪਣਾ ਜਿਹੜਾ ਉਹ ਗੱਲ ਦਾ ਸ਼੍ਰੋਮਣੀ ਕਮੇਟੀ ਲਾਊਗੀ ਅਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿਣਾ ਚਾਹੁੰਦਾ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਜਿਹੜੇ ਕਿਸਾਨ ਵੀਰ ਸ਼ਹੀਦ ਹੋ ਗਏ ਆ ਕਿਸਾਨੀ ਵਾਸਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਸਨਮਾਨਿਤ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨਮਾਨਿਤ ਕੀਤਾ ਹਾਂਜੀ ਬਿਲਕੁਲ ਜੇ ਸਾਨੂੰ ਅਕਾਲੀ ਦਲ ਹੁਕਮ ਕਰਦਾ ਅਤੇ ਅਸੀਂ ਇਸੇ ਤਰ੍ਹਾਂ ਇੱਥੋਂ ਲੈ ਕੇ ਆਪਣਾ ਸਾਰਾ ਕੁਛ ਆਪਣਾ ਸਾਜੋ ਸਮਾਨ ਅਤੇ ਅਸੀਂ ਬਾਰਡਰ 'ਤੇ ਜਾ ਕਿਸਾਨਾਂ ਦੇ ਨਾਲ ਉਸੇ ਬੈਠਣ ਨੂੰ ਵੀ ਉਹਨਾਂ ਧਰਨਾ ਵਿੱਚ ਤਿਆਰ ਹਾਂਜੀ ਮੋਦੀ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਵੇਖੋ ਕਿੱਡੇ ਵੱਡੇ ਰੁਤਬੇ 'ਤੇ ਇਸ ਜਨਤਾ ਨੇ ਤੁਹਾਨੂੰ ਪਹੁੰਚਾਇਆ ਕਿਸਾਨਾਂ ਨੇ ਪਹੁੰਚਾਇਆ ਮਜ਼ਦੂਰਾਂ ਨੇ ਪਹੁੰਚਾਇਆ ਤੁਸੀਂ ਜਿਹੜੀ ਗੱਲ ਕੀਤੀ ਸੀ ਉਹ ਸਭ ਕਾ ਸਾਥ ਸਭ ਕਾ ਵਿਕਾਸ ਵਾਲੀ ਅਤੇ 15-15 ਲੱਖ ਰੁਪਈਆ ਜਿਹੜਾ ਹੈ ਉਹ ਤੁਹਾਡੇ ਅਕਾਊਂਟਾਂ 'ਚ ਪਾਵਾਂ ਕਿਹਾ ਸੀ ਅੱਜ 15 ਲੱਖ ਵੀ ਨਹੀਂ ਪਿਆ ਅਤੇ ਸਾਡੀ ਬੁਰਕੀ ਮੂੰਹ 'ਚੋਂ ਜਿਹੜੀ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਮੋਦੀ ਸਾਹਿਬ ਨੂੰ ਅਪੀਲ ਆਇਆ ਕਿ ਇਹ ਕੇਸ ਜਿਹੜੇ ਆ ਇਹ ਵਾਪਸ ਲਿਆ ਜਾਵੇ ਔਰ ਕਾਨੂੰਨ ਜਿਹੜੇ ਵਾਪਸ ਲੈ ਕੇ ਸ਼ੁਰੂ ਅਤੇ ਜਿਹੜਾ ਕਿਸਾਨਾਂ ਦਾ ਮਨ ਜਿਹੜਾ ਠੰਡਾ ਕੀਤਾ ਜਾਵੇ।
अपना योगदान पा रहे और सानू माण है कि अज समुचे पंजाब च जिथे हरेक वर्ग के नाल संबंधित पंजाब के लोग अज इस संघर्ष में शामिल हो रहे हैं, दिल्ली वालों हीरा कट रहे हैं, उत्थे श्रोमणी अकाली दल के भी श्रोमणी अकाली दल नाल साझ रखने वाले भी बहुत वड्डी गिनती दे विच अज दिल्ली के बार्डर से बैठे ने, कमर कसे कसी बैठे ने, वड्डी गिनती जिहड़ी है रोजाना ही पंजाब के वख वख पिंडां च श्रोमणी अकाली दल दे नाल संबंधित वर्कर साहबान वोटर साहबान साध रखने वाले ट्रालियां भर भर के गड्डियां भर भर के दिल्ली वल नूं कूच कर रहे और मैं धन्नवादी हां श्रोमणी अकाली दल वल्लों ही नहीं पंजाब के लोगों वल्लों देश के लोगों वल्लों दिल्ली गुरुद्वारा प्रबंधक कमेटी का उन्होंने प्रधान सरदार मनजिंदर सिंह सिरसा जी जिन्होंने पहले दिन तो ही लंगर की या किसी भी तरह का समान जोड़ा आ जो किसानों चाहिए जिड़ी हमेशा ही अपना एक इतिहासक रोल अदा करती है वो भी इस संघर्ष के बड़ा वड्डा योगदान पा रही है, लंगर लाए हुए ने, दवाइया के लंगर मेडिकल टीम इस तरह ही वक् वक् जथेबंदियां वक् वक् संस्थावां वक् वक् ऑर्गेनाइजेशन संत समाज और हरेक पिंड का हरेक व्यक्ति जिहड़ा है अज इस किसानी संघर्ष योगदान पा रहे और अज फिर किसानों ने किसान जथेबंदियां ने दिल्ली बॉर्डर के उत्ते फैसला करके मीटिंग करके समुचे देश के लोगों को सद्दा दिता सी कि 14 दिसंबर वख वख थावां ते धरने दिते जान, जिला हैडक्वार्टर से धरने दिते जान और अज जिथे श्रोमणी अकाली दल का 100 साल का स्थापना दिवस है उथे नार ही किसान जथेबंदियां ने सदे दे उते और श्रोमणी अकाली दल जिहड़ा इस संघर्ष के मोढ़े नाल मोढ़ा जोड़ के चल रहा है, श्रोमणी अकाली दल नाल सांझ रखने वाला हर एक परिवार हर एक व्यक्ति जिहड़ा आ इस संघर्ष नूं समर्पित हो चुका है ते उन्होंने संघर्ष विच पंजाब की किसानी के संघर्ष विच अज श्रोमणी अकाली दल ने भी श्रोमणी अकाली दल के प्रधान सरदार सुखबीर सिंह बादल जी की अगवाई के थले यह धरना लाया, देश की हुकूमत को नरेंद्र मोदी को मैं श्रोमणी अकाली दल वालों सचेत करना चाहना, चेतावनी देना चाहना है। ये तो पता ही लग गया कि पंजाबी किवें संघर्ष कर सकते हैं, तुहाडी धौण दे विचों किला कढ दिता आ, चंगा आ जिन्नी छेती मान लो और किसान जिहड़े ने खुशियां दे नाल अपने घरां नूं वापस आउण, जिन्ना लमकाओगे ते पंजाबी दी कहावत आ छित्तर भी खाओगे ते गंढे भी खाओगे, सो मैं ज्यादा विस्तार विच ना जावां। हुण बकायदा जिहड़ी है स्टेज की कार्रवाई शुरू की जा रही है।
सरदार प्रकाश सिंह बादल वालों हमेशा ही अपना अहम रोल निभाया गया और श्रोमणी अकाली दल पंजाब की भाईचारक सांझ का बधाई है। पंजाब के लोगों के हकों के हितों की लड़ाई लड़न वाली जथेबंदी और अज जो कि पहला ही किसानी संघर्ष के राह से पहले ही किसानी बहुत आर्थिक तौर पर कमजोर है, किसान करजई हो चुका है और देश के हाकमां तो देश का किसान खास करके पंजाब का किसान चाहता सी कि साड़ी बेहतरी वास्ते कदम चुके जाए। अजिहे कानून बनाए जाने, अजिहे कदम चुके जाए, अजिहे फैसले ले जाए जिद पंजाब का किसान देश का किसान खुशहाल हो सके। अजे वो तो जदोजहद जारी सी पर देश की मौजूदा हाकम सरकार ने नरेंद्र मोदी की सरकार ने जिन्हों बहुत बड़ा फतवा देश के लोगों ने अपनी बेहतरी वास्ते दिता उन्हें पंजाब के किसानों के विरुद्ध देश के किसानों के विरुद्ध अजिहा कदम चुनू कमजोर करने वास्ते किसानी नू आर्थिक तौर पर तबाह करने वास्ते किसानी धंधा ही खत्म करने वास्ते काले कानून पास कर दिता। अज पंजाब का बच्चा बच्चा बुजुर्ग तो लैके बच्चे तक अज उन्हें काले कानूनों के विरुद्ध लड़ रहा है, संघर्ष कर रहा है और पंजाब का किसान दिल्ली को घेरा पाई बैठा है। और जिस शिद्दत के नाल, जिस जज्बे के नाल, जिस उत्साह के नाल, जिस जोश के नाल शांतमय रहिंदा होया पंजाब का किसान संघर्ष कर रहा है, वो जिन्नी भी इसके हक में यह भी पता लग चुका है कि पंजाब का किसान हुण मुड़न वाला नहीं और पंजाब का किसान लारिया नाल मनन वाला नहीं और पंजाब का किसान किसी बरकलावे आने वाला नहीं। अज जिस जोश के नाल पंजाब के लोग इस किसानी संघर्ष च पुजे ने, इस किसानी संघर्ष शामिल हुए ने, एक नवा इतिहास सज के रख देता है, एक नवा इतिहास लिख के रख देता है। और श्रोमणी अकाली दल ने और श्रोमणी अकाली दल के प्रधान सरदार सुखबीर सिंह बादल जी ने भी श्रोमणी अकाली दल के समूह वर्कर साहबान वोटर साहबान
श्रोमणी अकाली दल दे नाल सांझ रखने वाले हर पंजाबी नूं यह सुनेहा दिता है, यह सदा दिता है कि इस किसानी संघर्ष च वध तों वध हिस्सा लिया जाए, इस किसानी संघर्ष नूं मजबूत करने वास्ते, इस किसानी संघर्ष विच अपना योगदान पाउण वास्ते अकाली दल नाल सांझ रखने वाला हर व्यक्ति